something that you would like to learn in the future. What it is, from where will you learn this, how you would learn this, why you will learn this, and is this difficult or not? ਓਕੇ ਜੀ, ਕਿਹੜੇ ਕਿਹੜੇ ਟੌਪਿਕ ਨੂੰ ਆਪਾਂ ਬੋਲ ਸਕਦੇ ਹਾਂ ਵੀ ਸਾਨੂੰ ਇਹ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ, ਅਸੀਂ ਫਿਊਚਰ ਦੇ ਵਿੱਚ ਸਿੱਖਣਾ ਚਾਹਾਂਗੇ? ਲੈਂਗੁਏਜ। ਓਕੇ ਜੀ, ਸਭ ਤੋਂ ਪਹਿਲਾਂ ਅਸੀਂ ਕਿਸੇ ਲੈਂਗੁਏਜ ਬਾਰੇ ਬੋਲ ਸਕਦੇ ਹਾਂ। ਵੈਸੇ ਇਹਦਾ ਪਾਰਟ ਹੀ ਆ ਜੂਗਾ ਜੀ ਲੈਂਗੁਏਜ ਦਾ, ਪਰ ਆਪਾਂ ਲਿਖ ਦਿੰਦੇ ਹਾਂ। ਡਰਾਈਵਿੰਗ, ਓਕੇ। ਨੈਕਸਟ ਕੁਕਿੰਗ, ਨੈਕਸਟ ਉੱਚੀ ਬੋਲੋ ਪਲੀਜ਼, ਐਮਬੋਇਡਰੀ। ਆਈ ਵਿਲ ਸੇ ਦੈਟ ਆਈ ਵਾਂਟ ਟੂ ਲਰਨ ਹਾਊ ਟੂ ਹੈਲਪ ਨੀਡੀ ਪੀਪਲ। ਠੀਕ ਹੈ ਜੀ, ਮੈਂ ਦੱਸੂੰਗਾ ਜੀ ਮੈਂ ਜ਼ਿੰਦਗੀ ਦੇ ਵਿੱਚ ਇਹ ਚੀਜ਼ ਸਿੱਖਣਾ ਚਾਹੁੰਦਾ ਵੀ ਜ਼ਰੂਰਤਮੰਦ ਲੋਕਾਂ ਦੀ ਹੈਲਪ ਕਿਵੇਂ ਕਰਨੀ। ਠੀਕ ਹੈ ਜੀ, ਗਲਤ ਇਹ ਵੀ ਨਹੀਂ ਹੈਗਾ ਇਹਨਾਂ 'ਚੋਂ ਕੁਛ, ਬਟ ਮੇਰੇ ਕੋਲ ਇਸ ਟੋਪਿਕ ਦੇ ਉੱਪਰ ਬੋਲਣ ਦੇ ਲਈ 2 ਮਿੰਟ ਤੋਂ ਜ਼ਿਆਦਾ ਦਾ ਮਟੀਰੀਅਲ ਹੈਗਾ। ਠੀਕ ਹੈ ਜੀ, ਠੀਕ ਹੈ ਜੀ, ਓਕੇ। ਫਰੋਮ ਵੇਅਰ, ਕਿੱਥੋਂ ਸਿੱਖ ਸਕਦੇ ਹਾਂ ਅਸੀਂ ਇਹ? ਇਨੀਸ਼ਲੀ ਵੀ ਕੈਨ ਸਟਾਰਟ ਇਟ ਫਰੋਮ ਅਵਰ ਹੋਮ, ਅਵਰ ਸੋਸਾਇਟੀ। ਕਰ ਸਕਦੇ ਹਾਂ ਜੀ? ਕਰ ਸਕਦੇ ਹਾਂ ਜੀ, ਓਕੇ। ਹਾਊ ਯੂ ਵੁੱਡ ਲਵ ਟੂ ਲਰਨ ਦਿਸ? ਹੁਣ ਇੱਥੇ ਇਹ ਚੀਜ਼ ਨੂੰ ਅਸੀਂ ਆਪਣੇ ਆਪ ਸਿੱਖ ਸਕਦੇ ਹਾਂ? ਨਹੀਂ, ਇਹ ਅਸੀਂ ਜਿਸ ਸੋਸਾਇਟੀ ਦੇ ਵਿੱਚ, ਜਿਸ ਐਟਮੋਸਫੇਅਰ ਦੇ ਵਿੱਚ ਰਹਿ ਰਹੇ ਹੋਵਾਂਗੇ ਉਸ ਮੁਤਾਬਿਕ ਸਾਡੇ ਕੋਲ ਇਹ ਚੀਜ਼ਾਂ ਆਉਣਗੀਆਂ। ਠੀਕ, ਤਾਂ ਇੱਥੇ ਅਸੀਂ ਕਿਸੇ ਇਨਸਾਨ ਨੂੰ ਇੰਟਰੋਡਿਊਸ ਕਰਾਂਗੇ ਜਿਹੜਾ ਸਾਨੂੰ ਇਸ ਚੀਜ਼ ਵੱਲ ਹੈਲਪ ਕਰੂਗਾ। ਮਾਈ ਅੰਕਲ, ਮਾਈ ਨੇਬਰ, ਉਹ ਕੰਮ ਕੀ ਕਰਦੇ ਨੇ ਜੀ? ਉਹ ਇੱਕ NGO ਦੇ ਵਰਕਰ ਨੇ। ਠੀਕ ਹੈ ਜੀ, ਅਤੇ ਹੁਣ NGO ਦੇ ਵਿੱਚ ਕੀ ਕੁਛ ਹੁੰਦਾ? ਵੀ ਨੀਡ ਟੂ ਐਕਸਪਲੇਨ ਦੀ NGO। ਕਲੀਅਰ ਹੈ ਜੀ? ਕਲੀਅਰ ਹੈ ਜੀ। ਹੁਣ ਅਸੀਂ ਇਸ ਚੀਜ਼ ਨੂੰ ਸਿੱਖਣਾ ਕਿਉਂ ਚਾਹੁੰਦੇ ਹਾਂ? ਰੀਜ਼ਨ ਵਾਈ, ਐਨੀ ਆਈਡੀਆਜ਼? ਪਰਸਨਲ ਇੰਟਰਸਟ, ਓਕੇ। ਵਾਈ ਪਰਸਨਲ ਇੰਟਰਸਟ, ਕਿਉਂ ਪੈਦਾ ਹੋਇਆ? ਨਾ, ਇਹ ਤਾਂ ਇੱਕ ਝੂਠਾ ਜਿਹਾ ਪਾਠ ਹੈ, ਬਿਕੋਜ਼ ਰੋਡ ਸਾਈਡ ਬੈਗਰਸ ਨੇ ਜਿਹੜੇ, ਦੇ ਆਰ ਨਾਟ ਰੀਅਲ। ਆਪਣੇ ਆਪ ਪਟਿਆਲੇ ਏਰੀਏ ਦੀ ਗੱਲ ਕਰੀਏ, ਵੀ ਡਿਡ ਸਰਵੇ ਅਤੇ ਅਸੀਂ ਖੁਦ ਆਪਣੇ ਹੱਥੀਂ ਕੀਤਾ। ਸਵੇਰੇ 7:30 ਵਜੇ ਇੱਕ ਟਰੱਕ ਭਰ ਕੇ ਆਉਂਦਾ, ਪੱਪੂ ਜੂਸ ਦੇਖਿਆ ਸਾਰਿਆਂ ਨੇ, ਅਰਬਨ ਸਟੇਟ ਇੱਥੇ ਆ ਕੇ ਟਰੱਕ ਉਤਰਦਾ। ਜਿੰਨੇ ਆਪਾਂ ਇਹ ਬੈਗਰਸ ਦੇਖ ਰਹੇ ਹਾਂ, ਇਹ ਸਾਰੇ ਉਤਰਦੇ ਨੇ,
ਅਤੇ ਸ਼ਾਮ ਨੂੰ ਸਹੀ 7:30 ਵਜੇ ਇਹਨਾਂ ਨੂੰ ਇੱਥੋਂ ਹੀ ਟਰੱਕ ਲੈ ਕੇ ਜਾਣਾ। ਦੇ ਆਰ ਡੂਇੰਗ ਜੋਬ ਔਨ ਸੈਲਰੀ, ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਇਹ ਕੰਮ ਕਰਨਾ ਅਤੇ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦਿਓ। ਅੱਜ ਤੋਂ 2-3 ਮਹੀਨੇ ਪਹਿਲਾਂ ਜਿਹੜੇ ਤੁਸੀਂ ਉਰੇ ਬੈਗਰਸ ਦੇਖੇ ਹੋਣਗੇ, ਅੱਜ ਉਹੀ ਬੈਗਰਸ ਤੁਹਾਨੂੰ ਲੀਲਾ ਭਵਨ 'ਚ ਮਿਲ ਜਾਣਗੇ, ਠੀਕ ਹੈ ਜੀ। ਨੈਕਸਟ ਟਾਈਮ ਉਹੀ ਬੈਗਰ ਤੁਹਾਨੂੰ 22 ਨੰਬਰ ਮਿਲ ਜਾਣਗੇ। ਅਗਲੇ 2 ਮਹੀਨਿਆਂ ਬਾਅਦ ਉਹੀ ਬੈਗਰਸ ਤੁਹਾਨੂੰ ਇੱਧਰਲੀ ਸਾਈਡ ਆਪਣੇ ਸ਼ੀਸ਼ ਮਹਿਲ ਵਾਲੀ ਸਾਈਡ ਮਿਲ ਜਾਣਗੇ। ਤਾਂ ਬੈਗਰਸ ਤੋਂ ਇਨਫਲੂਐਂਸ ਹੋਣਾ ਇਜ਼ ਨੋਟ ਓਕੇ ਪਾਰਟ ਫੋਰ ਅਸ। ਹੁਣ ਪਰਸਨਲ ਇੰਟਰਸਟ ਕਿਉਂ ਜਾਗ ਗਿਆ? ਇੱਥੇ ਕਹਿ ਸਕਦੇ ਹੋ ਵੀ ਮੇਰੀ ਫੈਮਿਲੀ ਦੇ ਵਿੱਚ ਇੱਕ ਛੋਟਾ ਜਿਹਾ ਕੋਈ ਇੰਸੀਡੈਂਟ ਹੋਇਆ, ਉਸ ਇੰਸੀਡੈਂਟ ਦੇ ਵਿੱਚ ਕੁਛ ਲੋਕਾਂ ਨੇ ਮੇਰੀ ਹੈਲਪ ਕੀਤੀ। ਅਤੇ ਜਦੋਂ ਉਹ ਹੈਲਪ ਨੂੰ ਮੈਂ ਰਿਟਰਨ ਕਰਨ ਦੀ ਕੋਸ਼ਿਸ਼ ਕੀਤੀ ਵਿੱਚ ਵਾਜ਼ ਅ ਰਿਵਾਰਡ ਆਫ ਮਨੀ, ਇਨਸਟੈਡ ਆਫ ਟੇਕਿੰਗ ਮਨੀ ਬੈਕ ਫਰੋਮ ਮੀ ਦੇ ਟੋਲਡ ਮੀ ਦੈਟ ਯੂ ਸ਼ੁੱਡ ਗਿਵ ਦਿਸ ਮਨੀ ਟੂ ਸਮਵਨ ਐਲਸ ਹੂ ਰੀਅਲੀ ਨੀਡ, ਵੀ ਮੇਰੀ ਮੈਨੂੰ ਪੈਸੇ ਨਾ ਮੋੜ, ਅਗਲੀ ਵਾਰ ਜਿਹਨੂੰ ਕਿੱਦੀ ਲੋੜ ਪਈ ਤਾਂ ਉਹਨੂੰ ਪੈਸੇ ਦੇ ਦੇ, ਪੈਸੇ ਦੇ ਦੀ ਜਾਂ ਜਿਹੜੀ ਵੀ ਹੈਲਪ ਤੂੰ ਕਰ ਸਕਦਾ ਹੋਇਆ, ਠੀਕ ਹੈ ਜੀ। ਦਿਸ ਥਿੰਗ ਇੰਸਪਾਇਰਡ ਮੀ। ਹੁਣ ਤੁਸੀਂ ਸਾਰੇ ਆਲਮੋਸਟ ਐਜ਼ ਅ ਸਟੂਡੈਂਟ ਹੋ ਤਾਂ ਤੁਹਾਡੇ ਵਾਸਤੇ ਇਹ ਚੀਜ਼ ਇੱਕ ਵਾਰੀ ਡਿਫੀਕਲਟ ਹੋਊਗੀ, ਬਿਕੋਜ਼ ਸਟੂਡੈਂਟ ਹੋਣ ਦੇ ਕਰਕੇ ਯੂ ਡੂ ਨਾਟ ਹੈਵ ਇਨਫ, ਠੀਕ ਹੈ ਜੀ। ਪਰ ਰਾਦਰ ਦੈਨ ਹੈਵਿੰਗ ਫੰਡਸ ਮੈਂ ਕੀ ਕੀਤਾ ਜੀ, ਆਈ ਸਟਾਰਟਿਡ ਮੇਕਿੰਗ ਫਰੈਂਡਸ ਹੂ ਆਰ ਰੈਡੀ ਫੋਰ ਪੇਇੰਗ, ਜਿਹੜੇ ਪੇ ਕਰਨ ਦੇ ਲਈ ਤਿਆਰ ਨੇ। ਕਿੰਨਾ ਨੂੰ? ਜਿਨ੍ਹਾਂ ਨੂੰ ਜ਼ਰੂਰਤ ਹੈ। ਠੀਕ ਹੈ ਜੀ, ਠੀਕ ਹੈ ਜੀ, ਕਲੀਅਰ ਹੈ ਜੀ ਸਾਰਿਆਂ ਨੂੰ। ਹੁਣ ਇਹਨਾਂ ਸਾਰੇ ਪੁਆਇੰਟਸ ਨੂੰ ਕਵਰ ਅਪ ਕਰਕੇ 2 ਮਿੰਟ ਬੋਲ ਸਕਦੇ ਹਾਂ ਆਪਾਂ? ਬੋਲ ਸਕਦੇ ਹਾਂ ਜੀ, ਸੈਂਪਲ ਸੁਣਾ ਦਾਂ ਜੀ ਫਟਾਫਟ। ਓਕੇ, ਤੁਹਾਡੇ ਸਾਹਮਣੇ ਕੁਛ ਵੀ ਇਹਨਾਂ 'ਚੋਂ ਐਕਸਟਰਾ ਨਹੀਂ ਬੋਲਾਂਗੇ। ਓਕੇ, ਵੈਲ ਦੇਰ ਆਰ ਨੰਬਰ ਆਫ ਸਿਚੁਏਸ਼ਨ ਇਨ ਪਰਸਨ ਲਾਈਫ, ਦੇਅਰ ਪਰਸਨ ਲਵ ਟੂ ਲਰਨ ਨਿਊ ਥਿੰਗਸ, ਬਟ ਹੇਅਰ ਆਈ ਵਿਲ ਲਵ ਟੂ ਟਾਕ ਅਬਾਊਟ ਅ ਸਕਿੱਲ ਦੈਟ ਆਈ ਵਾਂਟ ਟੂ ਲਰਨ ਇਨ ਫਿਊਚਰ, ਦੈਟ ਇਜ਼ ਟੂ ਹੈਲਪ ਦੀ ਨੀਡੀ ਪਰਸਨ ਨੀਅਰ ਅਬਾਊਟ ਮੀ। Basically, it will start from my home, my society, because it is not easy for a single person to do this or to get motivated from this. I have faced one situation where one of my personal family member was not able to do something where he or she was ill. At the moment, one of my uncle friend helped me financially, which inspired me a lot. After a few days when I gave back to his home to return the money, the words he told to me was very inspiring, and that moment changed my life. When I gave the money, he told me that rather than returning this money to me, you should help someone who is really a needer.
ਸੋ ਦੈਟ ਮੋਟੀਵੇਸ਼ਨ ਵਾਜ ਵੈਰੀ ਇੰਸਪਾਇਰਿੰਗ ਫੋਰ ਮੀ ਫਰੋਮ ਵੇਅਰ ਆਈ ਐਮ ਏਬਲ ਟੂ ਸਟਾਰਟ ਦਿਸ ਮਾਈ ਓਨ ਆਈਡੀਆ ਆਈ ਐਮ ਅ ਸਟੂਡੈਂਟ ਸੋ ਆਈ ਐਮ ਨੋਟ ਏਬਲ ਟੂ ਪੇ ਦੈਟ ਮਚ ਫੋਰ ਦ ਨੀਡੀ ਪਰਸਨ ਬਟ ਇਨਸਟੈਡ ਆਫ ਪੇਇੰਗ ਬਾਈ ਮਾਈ ਸੈਲਫ ਆਈ ਸਟਾਰਟਡ ਮੇਕਿੰਗ ਨਿਊ ਫਰੈਂਡਸ ਹੂ ਆਰ ਰੈਡੀ ਫਾਰ ਪੇਇੰਗ ਦ ਮਨੀ ਦੋਜ ਪੀਪਲ ਆਰ ਦ ਡੋਨਰਸ ਐਂਡ ਆਈ ਫਾਈਂਡ ਦ ਰੀਅਲੀ ਨੀਡੀ ਪਰਸਨ ਅਰਾਊਂਡ ਮੀ ਐਂਡ ਆਈ ਗੈਟ ਟੂ ਇੰਟਰੈਕਟ ਵਿਦ ਬੋਥ ਆਫ ਦੈਮ ਐਂਡ ਹੈਲਪ ਦੈਮ ਅਕੋਰਡਿੰਗ ਟੂ ਦ ਕੰਡੀਸ਼ਨ ਸੋ ਆਈ ਵਿਲ ਆਲਸੋ ਰਿਕਮੈਂਡ ਮਾਈ ਆਲ ਆਫ ਦੀ ਨੋਨ ਵਨਸ ਦੈਟ ਇਨਸਟੈਡ ਆਫ ਵੇਸਟਿੰਗ ਮਨੀ ਔਨ ਅਨਵਾਂਟਡ ਫੂਡ ਅਨਵਾਂਟਡ ਕਲੋਥਸ ਹੈਲਪ ਸਮਵਨ ਠੀਕ ਹੈ ਜੀ ਠੀਕ ਹੈ ਜੀ ਐਨੀ ਡਾਊਟ ਐਨੀ ਕੁਐਸਚਨ ਹਾਂਜੀ ਦੋਨੇ ਪਾਰਟ ਆਉਣਗੇ ਜਿਹੜਾ ਇੰਸੀਡੈਂਟ ਆ ਉਹ ਪਾਸਟ 'ਚ ਆਊਗਾ ਜਿਹੜੀ ਚੀਜ਼ ਕਰਨੀ ਆ ਉਹ ਫਿਊਚਰ 'ਚ ਠੀਕ ਹੈ ਜੀ ਓਕੇ ਓਕੇ ਐਨੀ ਕੁਐਸਚਨਸ